ਜੀਐਚਜੀ ਡਾਂਸ ਐਂਡ ਸੰਗੀਤ ਅਕੈਡਮੀ ਵੱਲੋਂ ਆਪਣੇ ਯੂਥ ਫੈਸਟੀਵਲ ਦੀ ਸਫਲਤਾ ਅਤੇ ਵਲੰਟੀਅਰਾਂ ਦੇ ਧੰਨਵਾਦ ਦੇ ਵਿੱਚ ਇੱਕ ਰਾਤਰੀ ਦੇ ਡਿਨਰ ਦਾ ਆਗਾਜ਼ ਕੀਤਾ ਗਿਆ ਜਿੱਥੇ ਸਮੂਹ ਵਲੰਟੀਅਰ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਨਾਲ ਭਾਈਚਾਰਕ ਸੇਵਾਵਾਂ ਕਰਨ ਵਾਲੇ ਜਾਂ ਸਹਿਯੋਗ ਦੇਣ ਵਾਲੇ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਉਹ ਲੈ ਚੱਲਦੇ ਹਾਂ ਆਪਾਂ ਤੁਹਾਨੂੰ ਹੁਣ ਪੂਰੀ ਖਬਰ ਵੱਲ। ਕੈਲੀਫੋਰਨੀਆ ਦੇ ਸੈਂਟਰਲ ਵੈਲੀ ਦੇ ਸ਼ਹਿਰ ਫ੍ਰਿਜਨੋ ਵਿੱਚ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਨਾਲ ਜੋੜਨ ਲਈ ਚਲਾਈ ਜਾ ਰਹੀ ਜੀ ਐੱਚ ਜੀ ਅਕੈਡਮੀ ਵੱਲੋਂ ਬੀਤੇ ਦਿਨੀ ਲਾਏ ਗਏ ਬੱਚਿਆਂ ਦੇ ਸਿਖਲਾਈ ਕੈਂਪ ਅਤੇ ਅੰਤਰਰਾਸ਼ਟਰੀ ਯੁਵਕ ਮੇਲੇ ਦੀ ਸਫਲਤਾ ਤੋਂ ਬਾਅਦ ਸਮੂਹ ਕੋਚਾਂ, ਸਹਿਯੋਗੀਆਂ, ਵਲੰਟੀਅਰਾਂ ਦੇ ਧੰਨਵਾਦ ਵਿੱਚ ਰਾਤਰੀ ਦੇ ਖਾਣੇ ਦੀ ਦਾਵਤ ਦਿੱਤੀ ਗਈ, ਜਿੱਥੇ ਇਸ ਕਾਰਜ ਵਿੱਚ ਹਿੱਸਾ ਲੈਣ ਵਾਲੇ ਸਮੂਹ ਵਲੰਟੀਅਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਚੱਲੇ ਸੰਖੇਪ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਅਕੈਡਮੀ ਦੇ ਮੀਡੀਆ ਸਕੱਤਰ ਗੁਰਦੀਪ ਸਿੰਘ ਸ਼ੇਰਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ, ਜਦਕਿ ਅਕੈਡਮੀ ਦੇ ਪ੍ਰਮੁੱਖ ਮੈਂਬਰਾਂ ਵਿੱਚ ਉਦੇਦੀਪ ਸਿੰਘ ਸਿੱਧੂ, ਪਰਮਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਸਿੱਧੂ ਅਤੇ ਹੋਰਨਾਂ ਨੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਅਕੈਡਮੀ ਦੇ ਯੋਗ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਖੁਸ਼ੀ ਪ੍ਰਗਟਾਈ। ਇਸ ਸਮੇਂ ਵਿਸ਼ੇਸ਼ ਤੌਰ 'ਤੇ ਰੇਡੀਓ ਪੰਜਾਬ ਦੇ ਸੰਸਥਾਪਕ ਸੁਖਦੇਵ ਸਿੰਘ ਢਿੱਲੋਂ ਅਤੇ ਜੀ ਐੱਚ ਜੀ ਅਕੈਡਮੀ ਦੇ ਵਿਦਿਆਰਥੀਆਂ ਦੇ ਵਿੱਚੋਂ ਰਹਿ ਚੁੱਕੇ ਸਾਬਕਾ ਵਿਦਿਆਰਥੀ ਅਤੇ ਅੱਜ ਕੱਲ੍ਹ ਸਿੱਖੀ ਸਰੂਪ ਵਿੱਚ ਬਤੌਰ ਸਹੀ ਭਾਵਾਂ ਨਿਭਾ ਰਹੇ ਡਿਪਟੀ ਸ਼ੈਰਿਫ ਇਕਰਾਰ ਸਿੰਘ ਉੱਬੀ, ਸਰਬਜੀਤ ਸਿੰਘ ਸਾਰੰਗੀ ਮਾਸਟਰ ਅਤੇ ਹੋਰ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮੇਂ ਬੀਬੀਆਂ ਵੱਲੋਂ ਬੱਚਿਆਂ ਨੂੰ ਯੋਗ ਅਗਵਾਈ ਕਰਦੇ ਹੋਏ ਅਕੈਡਮੀ ਦੇ ਵਲੰਟੀਅਰਾਂ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਅਤੇ ਸੇਵਾਵਾਂ ਨਿਭਾਉਣ ਬਦਲੇ ਮਾਣ ਸਨਮਾਨ ਦਿੱਤਾ ਗਿਆ। ਹਮੇਸ਼ਾ ਦੀ ਤਰ੍ਹਾਂ ਨਸ਼ਿਆਂ ਤੋਂ ਬਚਣ ਅਤੇ ਚੰਗੀ ਸਿਹਤ ਦੀ ਸੰਭਾਲ ਦੀ ਗੱਲ ਹੋਈ। ਇਸ ਤਰ੍ਹਾਂ ਅਕੈਡਮੀ ਦੇ ਸੀਨੀਅਰ ਕੋਚ ਜਸਪ੍ਰੀਤ ਸਿੰਘ ਸਿੱਧੂ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ, ਉੱਥੇ ਨਾਲ ਨਾਲ ਬੋਲੀਆਂ ਪਾ ਕੇ ਰੌਣਕਾਂ ਵੀ ਲਾਈਆਂ। ਇਸ ਤਰ੍ਹਾਂ ਅਕੈਡਮੀ ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਧਾਲੀਵਾਲ ਨੇ ਵੀ ਹਮੇਸ਼ਾ ਵਾਂਗ ਆਪਣੀਆਂ ਬੋਲੀਆਂ ਪਾ ਕੇ ਇੱਕ ਵਾਰ ਫਿਰ ਚੜ੍ਹਦੀ ਕਲਾ ਦਾ ਪ੍ਰਤੀਕ ਦਿਖਾਇਆ। ਸੋ ਹੋਰ ਗੱਲਾਂ ਬਾਤਾਂ ਹੋਈਆਂ ਅਤੇ ਅਗਲੇ ਵਰ੍ਹੇ ਦੇ ਪ੍ਰੋਗਰਾਮਾਂ ਨੂੰ ਉਲੀਕਿਆ ਗਿਆ ਅਤੇ ਅੰਤ ਰਾਤਰੀ ਦੇ ਸਵਾਦਲੇ ਖਾਣੇ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਇਹ ਖਬਰਾਂ ਅਸੀਂ ਤੁਹਾਨੂੰ ਤਾਲੀਆਂ ਐਂਡ ਮਾਸੀ ਕਮੀਡੀਆ ਰਾਹੀਂ ਪਹੁੰਚਾ ਰਹੇ ਹਾਂ। ਕੋਸ਼ਿਸ਼ ਕਰੋ ਕਿ ਸਾਡੇ ਚੈਨਲ ਕੇ ਤਾਲੀਆਂ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਤਰ੍ਹਾਂ ਹੋਰ ਵੀਡੀਓ ਅਤੇ ਹੋਰ ਖਬਰਾਂ ਤੁਹਾਡੇ ਤੱਕ ਲਿਆ ਸਕੀਏ। ਧੰਨਵਾਦ। ਅਤੇ ਸਾਡੇ ਸਪੋਰਟਰਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਬਾਕੀ ਵਿਸ਼ੇਸ਼ ਤੌਰ 'ਤੇ ਤੰਦੂਰੀ ਪੀਜ਼ਾ ਵਾਲੇ ਆਪਣੇ ਪੰਜਾਬ ਪਲਾਜ਼ਾ ਵਿੱਚ ਨਾਵੇਂ ਨਾਂ ਬਾਹਲਾ ਸੋਹਣਾ ਰੱਖਿਆ ਜੀ ਪੰਜਾਬ ਪਲਾਜ਼ਾ। ਤਾਂ ਬਾਕੀ ਚਲੋ ਪੰਜਾਬ ਪਲਾਜ਼ਾ ਤਾਂ ਪੰਜਾਬ ਪਲਾਜ਼ੇ ਵਿੱਚ ਹੀ ਤੰਦੂਰੀ ਗ੍ਰਿਲ ਤਾਂ ਤੰਦੂਰੀ ਗ੍ਰਿਲ 'ਤੇ ਜੀ ਐੱਚ ਜੀ ਜਿਹੜਾ ਕਿ ਪੰਜਾਬੀ ਪੰਜਾਬੀਅਤ ਨੂੰ ਸਮਰਪਿਤ ਆ, ਨਸ਼ੇ ਛੱਡੋ ਕੋੜ ਵੱਟੋ ਦਾ ਸਾਡਾ ਨਾਰਾ ਹੈਗਾ। ਤਾਂ ਮੈਨੂੰ ਇੱਕ ਬੰਦਾ ਕਹਿੰਦਾ ਫਰੈਸਨੋ ਜੀ ਏਦਾਂ ਤਾਂ ਜੀ ਐੱਚ ਜੀ ਦੇ ਸਾਡੇ ਬੰਦੇ ਹਰਿਓ ਸਾਹਿਬ ਤੁਸੀਂ ਚੇਤਾ, ਉਦੋਂ ਮੀਂਹ ਵੀ ਚੰਗਾ ਪੈ ਰਿਹਾ ਸੀ ਮੈਨੂੰ ਚੇਤਾ ਰਹੇ, ਤਾਂ ਫਿਰ ਆਪਣੇ ਸਿੱਖ ਸਭਾ ਤੋਂ ਆਪਣੇ ਇੱਕ ਪਾਠੀ ਸਾਹਿਬ ਜੀ ਨੂੰ ਬੜੀ ਖੁਸ਼ੀ ਦੀ ਗੱਲ ਹੈਗੀ ਆ। ਸੋ ਅਸੀਂ ਹੁਣ ਬੇਨਤੀ ਕਰਾਂਗੇ ਸਾਡੀ ਸਾਰੇ ਅਕੈਡਮੀ ਦੇ ਮਾਣਯੋਗ ਬੋਰਡ ਮੈਂਬਰਸ ਸਾਡੇ ਸੁਖਦੇਵ ਸਿੰਘ ਢਿੱਲੋਂ ਸਪਾਈਸ ਰੇਡੀਓ ਰੇਡੀਓ ਪੰਜਾਬ ਤੋਂ, ਅਸੀਂ ਆਪਣੇ ਬੱਚੇ ਨੂੰ ਇਕਰਾਰ ਸਿੰਘ ਉੱਬੀ ਨੂੰ ਅਸੀਂ ਰੈਕਗਨਾਈਜ਼ ਕਰਾਂ। ਸਾਡੇ ਬੱਚਾ ਹੁਣ ਸਟੇਜ 'ਤੇ ਆ ਜਾਓ ਜੀ। ਇਕਰਾਰ ਕਿੱਥੇ ਆ ਬਈ? ਅਜਾ ਬਸ ਜੋੜਾ ਤਾੜੀਆਂ ਇਕਰਾਰ ਸਿੰਘ ਉੱਬੀ ਲਈ ਪਲੀਜ਼, ਕਿਉਂਕਿ ਆਹ ਬਹੁਤ। ਸੋ ਬਾਕੀ ਦੇਖੋ ਵੀ ਆਪਣਾ ਸਾਧੋ ਸੂਰਤ ਦਸਤਾਰਧਾਰੀ ਸਾਡਾ ਸਿੱਖ ਬੱਚਾ ਜਦੋਂ ਆਪਣੀ ਪੂਰੀ ਯੂਨੀਫਾਰਮ ਆ ਸ਼ੈਰਫ ਦੀ ਪਾਉਂਦਾ, ਤਾਂ ਤੁਸੀਂ ਆਪੇ ਦੇਖੋ ਵੀ ਟੌਹਰ ਦੇਖੋ ਕਿੰਨੀ ਹੁੰਦੀ ਹੋਊਗੀ ਸਰਦਾਰ ਦੀ। ਤਾਂ ਸਰਕਾਰੀ ਖਾਲਸਾ ਦਾ ਵੀ ਆਪਾਂ ਨੂੰ ਸ਼ਾਇਦ ਉਹ ਭੁਲੇਖਾ ਪੈ ਜਾਂਦਾ ਹੋਊਗਾ ਜਦੋਂ ਅਸੀਂ ਦੇਖਦੇ ਹਾਂ ਆਪਣੇ ਸਰਦਾਰ ਨੂੰ। ਥੈਂਕ ਯੂ ਵੈਰੀ ਮਚ।
ਆਪਣੇ ਬੱਚਿਆਂ ਨੂੰ ਵਧੀਆ ਲੀਹਾਂ ਤੇ ਲੈ ਕੇ ਜਾਣਾ। ਸੋ ਇਕਰਾਮ ਕੋ ਆਮ ਤਰ੍ਹਾਂ ਪੁੱਛੂ ਆਨ ਦਾ ਸਪਾਟ, ਤੇਰਾ ਤੇਰੇ ਫਾਦਰ ਸਾਹਿਬ ਵੀ ਮੀਡੀਆ 'ਚ ਹੈਗੇ ਆ, ਤਾਂ ਮੈਂ ਤੈਨੂੰ ਵੀ ਨਿੱਕੀ ਹੁੰਦੇ ਨੂੰ ਬੜਾ, ਤੂੰ ਵੀ ਬੜਾ ਹੁੰਦਾ ਸੀ ਆਪਣੇ ਬਾਪੂ ਨਾਲ ਮੇਰੇ ਨਾਲ, ਦੇਖਿਆ ਤੈਨੂੰ ਮੈਂ। ਸੋ ਆਈ ਵਾਂਟ ਟੂ ਸੇ ਸਮ ਵਰਡਸ ਆਫ ਇਨਕਰੇਜਮੈਂਟ ਸਪੈਸ਼ਲੀ ਫੋਰ ਆਰ ਯੂ ਪਲੀਜ਼। ਯਾ ਆਈ ਵੁੱਡ ਸੇ ਟੂ ਲਾਈਕ ਨੈਵਰ ਗਿਵ ਅਪ। ਸੋ ਗ੍ਰੋਇੰਗ ਅਪ ਇਨ ਪੰਜਾਬੀ, ਆਲਵੇਸ ਗੈਟਿੰਗ ਮੇਡ ਫਨ ਆਫ, ਆਲਵੇਸ ਗੈਟਿੰਗ ਬੁਲੀਡ, ਜਸਟ ਟੂ ਲੁੱਕ ਆਸਕ ਫੋਰ ਹੈਲਪ, ਆਲਵੇਸ ਹੈਵ ਸਮਬਡੀ ਦੈਟ ਯੂ ਕੈਨ ਹੈਵ ਐਸ ਅ ਮੈਂਟੋਰ, ਆਈ ਵੁੱਡ ਸੇ। ਐਂਡ ਦਿਸ ਪ੍ਰੋਗਰਾਮ ਲਾਈਕ ਜੀਜੀ ਪ੍ਰੋਗਰਾਮ ਇਜ਼ ਵੈਰੀ ਗੁੱਡ ਫਾਰ ਦੈਟ। All right. All right, give it up for our boy, everybody. Thank you so much. Lovely Mona, asi special. Thank you. Aur asi special recognition karna sade maan joga. Please, 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 please. Thank you. ਜੋਸਾਬ ਜੀ ਤੁਸੀਂ ਵੀ ਕੁਝ ਸ਼ਬਦ ਪਲੀਜ਼। ਮੈਨੂੰ ਪਤਾ ਤੁਸੀਂ ਬੋਲਣਾ ਨਹੀਂ ਲਾਈਕ ਕਰਦੇ, ਵੱਡੇ ਵੱਡੇ ਸਟੇਜ 'ਚ ਲਾਉਣੇ ਤੁਸੀਂ, ਪਰ ਬੱਚਿਆਂ ਲਈ ਕੁਝ ਇਨਕਰੇਜਿੰਗ ਮੇ ਬੀ ਕੋਈ ਚੀਜ਼ ਜ਼ਿੰਦਗੀ ਬਾਰੇ ਪਲੀਜ਼। Thank you very much Kandipa ji, and thank you GHG, GHG like family to me, and thank you for inviting me today on such a short notice, and it was a pleasure, it's good timing, Parmatma hamesha timing se hi rehanda, and thank you GHG Academy for everything you have done for Radio Punjab, thank you. Bhaji, kripa karke sade bacche di, Jasmine Sidhu di, zaroor support karein, jor taaliyan Jasmine Sidhu di, so we love this here a lot. ਸੋ ਅਸੀਂ ਬਹੁਤ ਬਹੁਤ ਤੰਦੂਰੀ ਗ੍ਰਿਲ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਦੇਖੋ ਇਹਨਾਂ ਨੇ ਕਿਹਾ ਕਿ ਹਾਂ ਵੀ ਜੀ ਐਚ ਜੀ ਦਾ ਪ੍ਰੋਗਰਾਮ ਆ, ਬੱਚਿਆਂ ਨੂੰ ਬਹੁਤ ਸਾਰੇ ਗਿਫਟ ਵੀ ਦਿੱਤੇ, ਜਿਹੜੀਆਂ ਚੀਜ਼ਾਂ ਉਸ ਸਮੇਂ ਅਸੀਂ ਸਹੀਆਂ ਸੀ ਨਾ ਜੀ ਐਚ ਜੀ ਲਈ, ਇਹਦੀਆਂ ਜੜ੍ਹਾਂ ਅਸੀਂ ਇੰਨੀਆਂ ਤਕੜੀਆਂ ਕਰਤੀਆਂ, ਇਹਨੂੰ ਹਿਲਾਉਣਾ ਕੋਈ ਖਾਲਾਈ ਦਾ ਬਾਲਾ ਨਹੀਂ ਹੋਣਾ ਹੈਗਾ, ਉਹ ਮਿਹਨਤ ਆ ਸਾਡੇ ਬੋਰਡ ਮੈਂਬਰਾਂ ਦੀ, ਸਾਡੇ ਧੀਆਂ ਪੁੱਤਾਂ ਦੀ, ਸਾਡੀ ਸਾਰੀ ਕੌਮ ਲਈ, ਕਿਉਂਕਿ ਅਗਰ ਸਾਡੇ ਬੱਚਿਆਂ ਨੂੰ ਪੰਜਾਬੀ ਆਊਗੀ ਉਹ ਗੁਰਮੁਖੀ ਨਾਲ ਜੁੜਨਗੇ, ਸਾਡੇ ਸੱਭਿਆਚਾਰ ਨਾਲ ਜੁੜਨਗੇ, ਨਸ਼ਿਆਂ ਤੋਂ ਦੂਰ ਰਹਿਣਗੇ। ਸਾਡੇ ਦਲਜਿੰਦਰ ਸਿੰਘ ਜੌਹਲ ਜੀ, ਸਾਡੇ ਬਾਬਾ ਜੀ, ਉਹਨਾਂ ਕੋਲੋਂ ਬੜਾ ਕੁਛ ਸਿੱਖਿਆ। ਕਈ ਵਾਰ ਲੋਕੀ ਭੰਗੜੇ ਨੂੰ ਨਾ ਨੈਗੇਟਿਵ ਤਰੀਕੇ ਨਾਲ ਪੇਸ਼ ਕਰਦੇ ਆ ਜੀ, ਆਹ ਇੱਦਾਂ ਆ ਇੱਦਾਂ ਆ, ਪਰ ਭੰਗੜੇ ਦੀ ਅਗਲੀ ਜਿਹੜੀ ਅਸਲੀ ਹਿਸਟਰੀ ਆ ਨਾ, ਬਾਬਾ ਜੀ ਨੇ ਸਾਨੂੰ ਦੱਸਦੀ ਸੀ, ਬੈਠੇ ਅਸੀਂ ਬੈਠੇ ਸਿੰਘ ਸਭਾ ਗੁਰਦੁਆਰੇ ਕੋਟਾ ਦੇ, ਉਹ ਕਹਿੰਦੇ ਜਦੋਂ ਇੰਡਸ ਰਿਵਰ, ਜਿਹੜੇ ਲੋਕੀ ਆਪਣੇ ਪੰਜਾਬ ਇੰਡਸ ਰਿਵਰ ਦੇ ਕੰਢੇ ਤੇ ਰਹਿੰਦੇ ਸੀ ਕਿਸਾਨ, ਜਦੋਂ ਸਾਨੂੰ ਸਾਡੀਆਂ ਫਸਲਾਂ ਹੁੰਦੀਆਂ ਸੀ, ਕਹਿੰਦੇ ਉਦੋਂ ਖੁਸ਼ੀ ਦੇ ਵਿੱਚ ਉਹ ਸੱਚੇ ਪਾਤਸ਼ਾਹ ਲਈ, ਉਹ ਪਰਮਾਤਮਾ ਲਈ, ਉਹ ਸੱਚੇ ਰੱਬ ਲਈ ਉਹ ਭੰਗੜਾ ਪਾਉਂਦੇ ਸੀ ਲੋਕੀ, ਕਿ ਹੈ ਸੱਚੇ ਪਾਤਸ਼ਾਹ ਤੇਰਾ ਬਹੁਤ ਬਹੁਤ ਧੰਨਵਾਦ ਆ, ਸਾਨੂੰ ਤੁਸੀਂ ਖਾਣ ਲਈ ਰੋਟੀ ਦੇ ਦਿੱਤੀ ਆ। ਭੰਗੜੇ ਦਾ ਅਸਲੀ ਮਾਇਨਾ ਆ ਆ ਉਹ ਸੱਚੇ ਪਾਤਸ਼ਾਹ ਨੂੰ ਖੁਸ਼ ਕਰਨਾ, ਪਰ ਠੀਕ ਆ ਕਈ ਲੋਕ ਹੋਰ ਕੁਛ ਕਰਦੇ ਆ, ਪਰ ਜੀ ਐਚ ਜੀ ਦਾ ਸਾਡਾ ਜੋ ਨਾਰਾ ਆ, ਨਸ਼ੇ ਛੱਡੋ ਕੋੜ ਵੱਡੋ, ਆਪਣੀ ਯੂਥ ਨੂੰ ਵਧੀਆ ਬਣਾਉਣਾ, ਆਪਣੇ ਯੂਥ ਨੂੰ ਵਧੀਆ ਪਾਸੇ ਲਿਆਉਣਾ, ਤਾਂ ਬਾਕੀ ਆਫ ਕੋਰਸ ਗਿੱਧਾ ਭੰਗੜਾ, ਕੋਚਸ ਨੇ, ਵਾਲੰਟੀਅਰਸ ਨੇ, ਸਾਡਾ ਜ਼ੋਰ ਲੱਗਦਾ, ਪਰ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਸਾਨੂੰ ਸਿਖਾਉਂਦੇ ਨੇ ਕੁਛ, ਅਸੀਂ ਉਹਨਾਂ ਤੋਂ ਸਿੱਖਦੇ ਹਾਂ, ਕਿਉਂਕਿ ਅਸੀਂ ਹਰਦਮ ਜੀ ਐਚ ਜੀ ਦੇ ਸਟੂਡੈਂਟ ਹੀ ਰਹਿਣਾ, ਹੁਣ ਅਸੀਂ ਵੱਡੇ ਹੋ ਚੱਲੇ, ਸਾਥੋਂ ਛੋਟੇ ਵੀ ਹੈਗੇ ਆ, ਪਰ ਅਸੀਂ ਵੀ ਸਿੱਖਦੇ ਰਹਿਣਾ, ਨਾਲ ਦੀ ਨਾਲ ਅਸੀਂ ਕੁਛ ਨਵਾਂ ਸਿੱਖਦੇ ਹਾਂ। ਮੇਰੇ ਨਾਲ ਸੁਖਪ੍ਰੀਤ ਖੜਾ, ਪ੍ਰਭਜੋਤ ਖੜਾ, ਪ੍ਰਭਜੋਤ ਨੇ 2 ਸਾਲ ਪਹਿਲਾਂ ਪਿੱਛੇ ਜਿਹੜਾ ਆਪਣਾ ਜਿਹੜਾ ਸਾਰਾ ਸਟੇਜ ਦਾ ਕੰਮ
ਉਹ ਹੈਡਸੈਟ ਤੇ ਜਿਹੜਾ ਪ੍ਰੈਕਟਿਸ ਕੀਤੀ ਉਹਨੂੰ ਹੀ ਇਜ਼ ਲਰਨਿੰਗ, ਉਹਨੂੰ ਸਮਝ ਆ ਰਿਹਾ। ਸੋ ਅਸੀਂ ਵੀ ਸਿੱਖ ਰਹੇ ਹਾਂ। ਇੱਧਰ ਸੁਖਪ੍ਰੀਤ ਪਹਿਲਾਂ ਕੰਪੀਟੀਸ਼ਨ ਬੁਲਡੌਗ ਭੰਗੜੇ ਨਾਲ ਚਲਾਉਂਦਾ ਹੁੰਦਾ ਸੀਗਾ 2010 ਤੋਂ ਲੈ ਕੇ 11 ਤੋਂ ਲੈ ਕੇ, ਫਿਰ ਹੌਲੀ ਹੌਲੀ ਆਉਣਾ ਜੀ ਐਚ ਜੀ ਆਪਾਂ ਵਿਲੀਅਮਸ ਰੋਇਨ ਥੀਏਟਰ ਰੋਡਿੰਗ ਪਾਰਕ ਤੋਂ ਲੈ ਕੇ ਸੈਂਟਰਲ ਈਸਟ ਹਾਈ ਸਕੂਲ ਤੋਂ ਲੈ ਕੇ ਫਿਰ ਹੁਣ ਵਿਲੀਅਮਸ ਰੋਇਨ। ਸੋ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਆ, ਪਰ ਅਸੀਂ ਐਂ ਨਹੀਂ ਕਹਿੰਦੇ ਵੀ ਅਸੀਂ ਕਰਦੇ ਹਾਂ। ਅਸੀਂ ਜਿੰਨਾ ਅਸੀਂ ਡਾਂਸ ਸਿੱਖਦੇ ਹਾਂ ਕਿਸੇ ਤੋਂ ਉਹ ਅਸੀਂ ਸਕਿੱਲਸ ਵਰਤਦੇ ਹਾਂ, ਅਤੇ ਬੱਚਿਆਂ ਵਾਸਤੇ ਅਸੀਂ ਹਰਦਮ ਹਾਜ਼ਰ ਹਾਂ, ਆਲ ਦਾ ਟਾਈਮ। ਜੋ ਮਰਜ਼ੀ ਤੁਸੀਂ ਫੋਨ ਕਰ ਲਓ, ਮੈਂ ਪ੍ਰਭਜੋਤ ਨੂੰ ਜੋ ਮਰਜ਼ੀ ਫੋਨ ਕਰਨਾ, ਸੁਖਪ੍ਰੀਤ ਨੂੰ ਜੋ ਮਰਜ਼ੀ ਫੋਨ ਕਰਨਾ, ਇਹਨਾਂ ਨੇ ਚੱਕ ਲੈਣਾ। ਜੇ ਜੀ ਐਚ ਜੀ ਦਾ ਕੰਮ ਹੋਵੇ ਕਦੇ ਪਿੱਛੇ ਨਹੀਂ ਹਟਦੇ। ਸੋ ਮੇਰੇ ਵੱਲੋਂ ਪਹਿਲਾਂ ਤਾਂ ਇਹਨਾਂ ਵਾਸਤੇ ਵੀ ਤਾੜੀਆਂ ਮਾਰ ਦਿਓ। ਅਤੇ ਨੈਕਸਟ ਆਪਣੇ ਜਿਹੜੇ ਸਾਰੇ ਆਪਣੇ ਕੋਚਿਸ ਸੀਗੇ ਇਨ ਦਾ ਕੈਂਪ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕੋਈ ਵੀ ਕਿਸੇ ਕੋਚ ਨੂੰ ਕੋਈ ਪੈਸਾ ਨਹੀਂ ਦਿੱਤਾ, ਅਸੀਂ ਸਾਰੇ ਆਪ ਆਉਂਦੇ ਨੇ। ਅਸੀਂ ਗਰੁੱਪ ਚੈਟ 'ਚ ਇੱਕ ਮੈਸੇਜ ਪਾਉਂਦੇ ਹਾਂ ਅਤੇ ਸਾਰੇ ਅੱਜ ਤਾਂ ਚੱਲ ਖੁਸ਼ੀ ਦਾ ਮੌਕਾ, ਪਰ ਪੀਜ਼ੇ ਕਰਕੇ ਨਹੀਂ ਆਏ। ਪਹਿਲਾਂ ਜੇ ਅਸੀਂ ਉਹ ਵੀ ਕਹਿ ਦਿੰਦੇ ਨਾ ਵੀ ਪੀਜ਼ਾ ਨਹੀਂ ਹੋਣਾ, ਆਪਾਂ ਵੈਸੇ ਮੀਟਿੰਗ ਕਰਨੀ, ਫਿਰ ਵੀ ਇੰਨੇ ਇਕੱਠ ਹੋਣਾ ਸੀਗਾ, ਸਾਰਿਆਂ ਨੇ ਆਈ ਪਹੁੰਚ ਜਾਣਾ ਸੀ। ਸੋ ਕੋਚਿਸ ਵਾਸਤੇ ਇੱਕ ਵਾਰੀ ਤਾੜੀਆਂ। ਅਤੇ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀਗਾ ਵੀ ਅਸੀਂ ਸਿੱਖਦੇ ਹਾਂ, ਸਾਨੂੰ ਬਹੁਤ ਘੱਟ ਸਮੇਂ ਮਿਲਦੇ ਹੁੰਦੇ ਆ ਕਿ ਸਟੂਡੈਂਟ ਆਪਦੇ ਟੀਚਰਸ ਨੂੰ ਰੈਕਗਨਾਈਜ਼ ਕਰਨ। ਸੋ ਪਹਿਲਾ ਸਾਡਾ ਜਿਹੜਾ ਟੀਚਰ ਆ ਸਾਨੂੰ ਨਵਾਂ ਨਵਾਂ ਮਿਲਿਆ ਹੈ, ਉਹ ਹੈਗਾ ਉਸਤਾਦ ਸਰਬਜੀਤ ਸਿੰਘ ਸਰੰਗੀ। ਤੁਸੀਂ ਪਲੀਜ਼ ਆ ਕੇ ਅਵਾਰਡ ਐਕਸੈਪਟ ਕਰੋ, ਸਾਨੂੰ ਇਹ ਰਾਊਂਡ ਆਫ ਅਪਲੌਸ ਕਦੇ ਐਂ ਕਿਹਾ ਵੀ ਨਹੀਂ ਜਾਂ ਉਹਨਾਂ ਨੇ ਕਾਲ 'ਚ ਕਹਿੰਦੇ ਜ਼ਰੂਰ ਬੱਚਿਆਂ ਦਾ ਕੰਮ ਆ, ਇਹਨਾਂ ਆਏ ਸਾਡੇ ਨਾਲ ਪ੍ਰੈਕਟਿਸ ਕੀਤੀ, ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਿਆ ਵੀ, ਅਤੇ ਹੁਣ ਅਸੀਂ ਇਹਨੂੰ ਇਹ ਲੈ ਕੇ ਆਇਆ ਸੀ ਨਾਲ ਵੀ ਇਹਨੂੰ ਹੁੰਦੀ ਆਉਂਦੀ ਆ। ਅਤੇ ਇਹ 2-3 ਹਫ਼ਤੇ ਪਹਿਲਾਂ ਹੀ ਸਿੱਖਣ ਲੱਗਿਆ ਅਤੇ ਇੰਨੀ ਕਮਾਲ ਦੀ ਤੂੰਬੀ ਵਜਾਉਂਦਾ। ਮੈਂ ਐਕਚੁਅਲੀ ਤੇਰੇ ਕੰਮ ਦੀ ਦਾਤ ਜ਼ਰੂਰ ਦੇਣੀ ਆ। ਇਹਨੂੰ ਅਸੀਂ ਇੱਕ ਡਿਊਟੀ ਲਾਈ, ਉਹ ਸੀ ਜਦੋਂ ਨਾ ਅਸੀਂ ਪ੍ਰੋਗਰਾਮ ਬੱਚਿਆਂ ਦੀ ਪਰੇਡ, ਸਿੱਧੂ ਸਾਹਿਬ ਦਾ ਸਭ ਤੋਂ ਉਹ ਬੇਬੀ ਆ ਕਿ ਪਰੇਡ ਕਰਾਉਣੀ ਆ ਸਾਰੇ ਬੱਚਿਆਂ ਦੀ, ਜਿਹਨੇ ਬਹੁਤ ਭਾਈ ਸਾਰੇ ਜਣੇ ਖੜੇ ਹੋਏ ਪਲੀਜ਼। ਆਹ ਸਾਡਾ ਜੀ, ਆਹ ਸਾਡੇ ਵੱਡੇ ਆ, ਸਾਡੇ ਸੀਨੀਅਰ ਬੋਰਡ ਮੈਂਬਰਸ ਆ, ਬਹੁਤ ਅੱਜ ਤੱਕ ਸਾਰੇ ਆ ਵੀ ਬਹੁਤ ਮਿਹਨਤ ਕਰਦੇ ਆ, ਸਾਡੇ ਯੂਥ ਨਾਲ ਮੋਢਾ ਮੋਢਾ ਜੋੜਦੇ ਆ। ਤਾਂ ਸਾਡੀਆਂ ਮਾਤਾਵਾਂ, ਸਾਡੀ ਫੀਮੇਲ ਪਾਵਰ, ਤੁਸੀਂ ਵੀ ਖੜੇ ਹੋਣਾ, ਤੁਸੀਂ ਵੀ ਤਾਂ ਬਹੁਤ ਧੰਨਵਾਦ। ਮੈਨੂੰ ਤਾਂ ਇਹ ਲੱਗਦਾ ਹੁੰਦਾ ਜਦੋਂ ਮੁੰਡਿਆਂ ਨੇ ਪਹਿਲਾਂ ਵੀ ਮੈਂ ਕਾਲਜ ਹੀ ਪੜ੍ਹਦਾ ਹੁੰਦਾ, ਕੋਈ ਫੀਲਿੰਗ ਹੋਣ ਲੱਗ ਜਾਂਦੀ ਹੈ, ਕਿਉਂਕਿ ਜੋ ਅਸੀਂ ਸੁਪਨਾ ਲਿਆ ਸੀ ਉਹ ਸਾਡਾ ਪੂਰਾ ਹੋ ਗਿਆ। ਸ਼ੁਕਰ ਵਾਹਿਗੁਰੂ ਦਾ ਵੀ ਸਾਡੇ ਬੱਚੇ ਹੁਣ ਸਾਰਾ ਕੰਮ ਸੰਭਾਲਦੇ ਆ। ਮੈਂ ਬੋਲ ਜੀ ਕਹਿਣਾ ਇਹਨਾਂ ਨੂੰ ਦੱਸਦਾ, ਉਹ ਸੁਣੋ ਗੱਭਰੂ, ਉਹ ਸੁਣੋ ਚੁੱਪਰ, ਤੁਹਾਨੂੰ ਆ ਕੇ ਸੁਣਾਵਾਂ ਬਈ, ਹੈ ਨਸ਼ਿਆਂ ਦੀ ਬੁਰੀ ਬਿਮਾਰੀ, ਤੁਹਾਨੂੰ ਮੈਂ ਸਮਝਾਵਾਂ ਬਈ, ਪਹਿਲਾ ਰੋਗ ਨਸ਼ੇ ਦਾ ਛੱਡੋ, ਪਹਿਲਾ ਰੋਗ ਨਸ਼ੇ ਦਾ ਛੱਡੋ, ਲੱਖ ਵਾਸਤੇ ਪਾਵਾਂ ਬਈ, ਧੰਨ ਪੰਜਾਬੀ ਬਾਜੇ ਗੱਭਰੂ, ਉਹ ਧੰਨ ਪੰਜਾਬੀ ਬਾਜੇ ਗੱਭਰੂ, ਧੰਨ ਇਹਨਾਂ ਦੀਆਂ ਮਾਵਾਂ ਬਈ, ਭਗਤ ਸਿੰਘ ਸਰਾਜ ਵੱਲ ਉਹ ਤੁਹਾਡਾ ਧਿਆਨ ਦਵਾਵਾਂ, ਫਾਂਸੀ ਤੋਂ ਚੜ ਕੇ ਮੈਂ ਉਹਨਾਂ ਦੇ ਕਾਵਾਂ, ਫਾਂਸੀ ਤੋਂ ਚੜ ਕੇ ਮੈਂ ਉਹਨਾਂ ਦੇ ਕਾਵਾਂ, ਫਾਂਸੀ ਤੋਂ ਚੜ ਕੇ।
give it up for Prakash Singh Dhariwal, please. Thank you. Come on, you gotta make some noise, man. Man, this guy took a lot of stuff for GHG. And we need you, brother. ਪਹਿਲੇ ਦਿਨ ਤੋਂ ਆਪਾਂ ਪਲੈਨਿੰਗ ਕੀਤੀ ਸਾਰੇ ਯੂਥ ਨਾਲ ਸਾਰਿਆਂ ਨੇ ਕਿ ਆਪਾਂ ਕੁਛ ਖੱਟਿਆ ਸਾਰੀ ਮਿਹਨਤ ਕਰਕੇ ਕੁਛ ਕੁਛ ਸਿੱਟਾ ਨਿਕਲਿਆ ਸ਼ੇਅਰ ਕਰੋ ਮਾੜੇ ਜਾਣ ਮਾਈਕ ਤੇ ਕਰੋ ਆ ਬੈਠੇ ਜੀ ਸਾਡੇ ਸਾਡਾ ਨਤੀਜਾ ਜਿਹੜਾ ਇਹ ਨਿਕਲਿਆ ਬਾਕੀ ਤੁਸੀਂ ਦੇਖ ਲਿਆ ਸਟੇਜ ਤੇ ਆਪਣਾ ਕੀ ਦੇਖਿਓ ਬਹੁਤ ਪੱਪਰ ਮਿਲ ਰਿਹਾ ਘਾਲਾ ਫਿਰ ਉਹ ਕਹਿੰਦੇ ਵੀ ਬਹੁਤ ਕੁਛ ਦੇਖਿਆ ਪੰਜਾਬੀ ਨੂੰ ਬਚਾਉਣਾ ਆਪਣੇ ਬਥੇਰਾ ਸਭ ਕੁਛ ਕਹਿੰਦੇ ਆ ਉਹ ਕਹਿੰਦੇ ਪੰਜਾਬੀ ਜਿਹਨੇ ਜੀ ਐਚ ਜੀ ਨੇ ਬਚਾਈ ਜਾਣਾ 500 ਬੱਚਾ ਸੀ ਹਰੇਕ ਦੇ ਸਿਰ ਤੇ ਪਗੜੀ ਸੀ ਹਰੇਕ ਦੇ ਲੜਕੀ ਦੇ ਸਿਰ ਤੇ ਚੁੰਨੀ ਸੀ ਉਸ ਦਿਨ ਹਰੇਕ ਦੇ ਕਿਸੇ ਕੋਈ ਗੈਰਤ ਵੀ ਨਹੀਂ ਸੀ ਸਟੇਜ ਦੇ ਉੱਪਰ ਪਰ ਉਹ ਸਾਲ 'ਚ ਉਹਨਾਂ ਨੇ ਇੱਕ ਦਿਨ ਲਈ ਆ ਚੁੰਨੀ ਉਹਨਾਂ ਦੀ ਫੋਟੋ ਹੋ ਗਈ ਘਰੇ ਲੱਗੀ ਉਹ ਯਾਦ ਕਰਨੀ ਕਹਿੰਦੇ ਸੀ ਜੀ ਐਚ ਜੀ 'ਚ ਲਈ ਸੀ ਬਸ ਇਹੀ ਸਾਡਾ ਖੱਟਿਆ ਹੋਇਆ ਕਿਉਂਕਿ ਘਰੇ ਫੋਟੋ ਦੇਖਣਗੇ ਬੱਚੇ ਉਹ ਜੀ ਐਚ ਜੀ ਦੀ ਗੱਲ ਕਰਦੇ ਥੈਂਕ ਯੂ ਸੁਰੇਸ਼ ਸਿੰਘ ਜੀ ਬਜ਼ੁਰਗਾਂ ਦੇ ਵੱਲੋਂ ਕਿੱਦਾਂ ਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਜੀ ਐਚ ਜੀ ਅਕੈਡਮੀ ਦੇ ਬੋਰਡ ਮੈਂਬਰਾਂ ਦਾ ਅਤੇ ਕੋਚਾਂ ਦਾ ਜਿਨ੍ਹਾਂ ਨੇ ਇੱਥੇ ਵੀ ਮਿਹਨਤ ਕਰਕੇ ਜਿਹੜਾ ਪ੍ਰੋਗਰਾਮ ਪਿਛਲੇ 'ਚ ਆਏ ਆ ਕੋਈ ਵੀ ਕੰਮ ਜਦੋਂ ਅਸੀਂ ਕਰਦੇ ਹਾਂ ਉਹਦੇ ਖਾਤਰ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਤਾਂ ਸੱਚੇ ਸੁੱਚੇ ਮਨ ਨਾਲ ਕਰੀਏ ਤਾਂ ਉਹਦੇ ਸੱਚੇ ਸੁੱਚੇ ਰਿਜ਼ਲਟ ਨਿਕਲਦੇ ਨੇ ਮੈਂ ਘਰੇ ਵੀ ਜਾਂ ਹੋਰਾਂ ਨਾਲ ਵੀ ਕਈਆਂ ਗੱਲਾਂ ਕੀਤੀਆਂ ਨੇ ਵੀ ਜਿਹੜੇ ਸਾਡੇ ਕੋਚ ਨੇ ਜਾਂ ਬੀਬੀਆਂ ਨੇ ਉਹ ਹਰ ਇੱਕ ਦਾ ਸਤਿਕਾਰ ਕਰਦੇ ਨੇ ਉਹਨਾਂ ਨੂੰ ਇਹ ਪਤਾ ਹੈ ਵੀ ਅਸੀਂ ਕਿਸ ਤਰ੍ਹਾਂ ਮਿਲਣਾ ਜਿਹਨੂੰ ਆਪਾਂ ਪਰਸਨੈਲਿਟੀ ਕਹਿੰਦੇ ਹਾਂ ਗੁੱਡ ਪਰਸਨੈਲਿਟੀ ਇਹਨਾਂ ਦੇ ਵਿੱਚ ਉਹ ਹੋਣੀ ਹੈ ਜਦੋਂ ਅਸੀਂ ਇਹ ਸੂਚ ਤਿਆਰ ਕਰਤਾ ਇਹਨਾਂ ਨੇ ਜਿੱਥੇ ਵੀ ਜਾਣਾ ਇਹਨਾਂ ਨੇ ਤੁਹਾਡਾ ਨਾਂ ਰੋਸ਼ਨ ਕਰਨਾ ਹੀ ਕਰਨਾ ਜੀ ਐਸ ਸੀ ਦਾ ਝੰਡਾ ਇਹਨਾਂ ਨੇ ਹਰ ਥਾਂ ਦੇ ਉੱਤੇ ਬੁਲੰਦ ਕਰਨਾ ਜਿੱਥੇ ਵੀ ਜਾਣਗੇ ਜਿਸ ਤਰ੍ਹਾਂ ਪੰਜਾਬੀ ਜਿਸ ਥਾਂ 'ਤੇ ਵੀ ਜਾਂਦਾ ਆਪਣੀ ਮਿਹਨਤ ਦੇ ਨਾਲ ਪੰਜਾਬ ਦਾ ਝੰਡਾ ਗੱਡ ਦਿੰਦਾ ਉਹ ਜਦੋਂ ਹੋਰ ਜ਼ਿਆਦਾ ਇਕੱਠੇ ਹੋ ਕੇ ਗੁਰੂ ਘਰ ਬਣਾ ਕੇ ਜਾਂ ਕੋਈ ਹੋਰ ਸੰਸਥਾ ਬਣਾ ਕੇ ਆਪਣੀ ਸ਼ਰਮੀ ਪੈਦਾ ਕਰ ਦਿੰਦੇ ਨੇ ਇਹ ਮੁੰਡਿਆਂ ਨੇ ਜਿੱਥੇ ਜਿੱਥੇ ਵੀ ਜਾਣਾ ਜਵਾਬ ਦੇ ਮੁਤਾਬਕ ਇਹਨਾਂ ਨੂੰ ਉਸੇ ਥਾਂ 'ਤੇ ਝੰਡੇ ਕੱਢ ਦੇਣੇ ਨੇ ਇਹਨਾਂ ਨੇ ਇਹ ਜਿਸ ਤਰ੍ਹਾਂ ਪਰਮਜੀਤ ਨੇ ਸ਼ੁਰੂ ਕੀਤਾ ਝੰਡਾ ਕੱਢਿਆ ਇਹਨਾਂ ਨੇ ਵੀ ਝੰਡੇ ਕੱਢਣੇ ਨੇ ਮੈਨੂੰ ਆਸ ਹੈ ਇਹ ਜਿਹੜਾ ਸਾਡਾ ਪਰਿਵਾਰ ਹੈ ਬਹੁਤ ਵਧੇ ਵਧੇ ਫੁੱਲੇਗਾ ਔਰ ਬਹੁਤ ਚੜ੍ਹਦੀਆਂ ਕਲਾਂ ਦੇ ਵਿੱਚ ਰਹੇਗਾ ਪੰਜਾਬੀ ਦਾ ਨਾਂ ਪੰਜਾਬੀ ਦਾ ਔਰ ਪੰਜਾਬੀ ਦਾ ਨਾਂ ਰੋਸ਼ਨ ਕਰੇਗਾ ਬਹੁਤ ਬਹੁਤ ਧੰਨਵਾਦ ਦੇਖੋ ਜੀ ਜਿੰਨੀ ਬੋਰਡ ਮੈਂਬਰ ਆ ਆਪਣੇ ਸਾਡੀਆਂ ਭੈਣਾਂ ਬੀਬੀਆਂ ਸਾਡੀਆਂ ਬੇਟੀਆਂ ਜਿਹੜੀਆਂ ਕੋਚ ਹੈ ਸਾਡੇ ਨੌਜਵਾਨ ਪੁੱਤਰ ਹੈ ਜਿਹੜੇ ਕੋਚ ਹੈ ਸਾਰਿਆਂ ਨੇ ਪੂਰੀ ਇੱਕ ਤਾਂ ਕਾਰਪੋਰੇਸ਼ਨ ਜਿਹਨੂੰ ਕਹਿ ਦਈਏ ਨਾ ਕੋਆਪਰੇਟਿਵ ਦੇ ਨਾਲ ਚੱਲਦੇ ਆ ਇੱਕ ਬਾਜ ਮਾਰੀ ਤੋਂ ਤੈਨੂੰ ਸਾਰੇ ਇਕੱਠੇ ਮਿਲਣਗੇ ਸਭ ਤੋਂ ਵੱਡੀ ਆਪਣੀ ਸਫਲਤਾ ਇਹ ਹੈ ਵੀ ਆਪਾਂ ਜੁਆਇਨ ਕਰ ਲਿਆ ਇੱਕ ਦੂਜੇ ਦੇ ਨਾਲ ਜਿਹੜਾ ਆਪਣਾ ਵਿਰਸਾ ਵੀ ਆਵਾਜ਼ ਦਿੱਤੀ ਸਾਰੇ ਇਕੱਠੇ ਇੱਕ ਵੱਡੀ ਆਪਣੀ ਮਤਲਬ ਪ੍ਰਾਪਤੀ ਸਮਝੋ ਇਹ ਦੂਜੀ ਗੱਲ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਪਾਰਕ 'ਚ ਬਹਿਣਾ ਪਾਰਕ 'ਚ ਜਿਹੜੇ ਮੇਰੇ ਵਰਗੇ ਆ ਵੱਡੀ ਉਮਰ ਦੇ ਉਹ ਕਹਿੰਦੇ ਵੀ ਜੀ ਐਚ ਜੀ ਆ ਦਾ ਨਾਂ ਚੱਲੂ ਹਜੇ ਕਈ ਵਰ੍ਹੇ ਚੱਲੂ ਜਿਹੜੇ ਨੌਜਵਾਨ ਤੁਸੀਂ ਨਾਂ ਪੈਦਾ ਕਰਨੇ ਨਾ ਤੁਸੀਂ ਭਾਵੇਂ ਬਹਿ ਜਾਓ ਘਰੇ ਉਹ ਫਿਰ ਵੀ ਚਲਾ ਜਾਣਗੇ ਆਪਣਾ ਨਾਂ ਚੱਲਦਾ ਔਰ ਚੱਲੂਗਾ ਜੇ ਤੁਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਤਾਂ ਇਸੇ ਤਰ੍ਹਾਂ ਜੁਆਇੰਟ ਰਹੇ ਸਭ ਤੋਂ ਵੱਡਾ ਮਸਲਾ ਆਉਂਦਾ ਵੀ ਆਪਾਂ ਜੁਆਇੰਟ ਰਹੀਏ ਉਹਦੇ ਨਾਲ ਹੀ ਸਾਰੇ ਮਸਲੇ ਹੱਲ ਆਉਂਦੇ ਆ ਰਹੀ ਗੱਲ ਕੰਮ ਧੰਦੇ ਛੱਡਣ ਵਾਲਿਆਂ ਦੀ ਮੈਂ ਸਾਰੇ ਕੰਮ ਧੰਦੇ ਵਾਲੇ ਆ ਮੈਂ ਵਿਹਲਾ ਤੇ ਕੰਮ ਧੰਦਾ ਛੱਡ ਕੇ ਲੋਕਾਂ ਦੀ ਸੇਵਾ ਕਰਨੀ ਇਹ ਹਰੇਕ ਦੇ ਬਸ 'ਚ ਨਹੀਂ ਹੈ ਬੜਾ ਸਬਰ ਤੇ ਬੜਾ ਸੰਤੋਖ ਦੇ ਨਾਲ ਇਹ ਕੰਮ ਚਲਾਉਣੇ ਪੈਂਦੇ ਆ ਬੜਾ ਕੁਛ ਸੁਣਨਾ ਵੀ ਪੈਂਦਾ ਜਿਹਦੇ ਤੁਸੀਂ
ਸਾਨੂੰ ਦੋਨਾਂ ਨੂੰ ਬਹੁਤ ਕੁਝ ਝੇਲਣਾ ਮੁੱਛਾਂ ਕੁੰਡੀਆਂ ਗਲ ਕੈਂਠੇ ਕੰਨੀ ਵਾਲੇ ਪਾਏ ਨੇ, ਇਕੱਠੇ ਹੋ ਸਭ ਯਾਰ ਜੁੜੀ ਨੇ ਮੇਲੇ ਆਏ ਨੇ, ਇੱਕ ਦੂਜੇ ਤੋਂ ਵੱਧ ਕਿਸੇ ਤੋਂ ਘੱਟ ਦਿਖਾਉਂਦੇ ਨਾ, ਸ਼ੇਰ ਕਦੇ ਵੀ ਡੋਲਿਆ ਉੱਤੇ ਸ਼ੇਰ ਪਵਾਉਂਦੇ ਨਾ, ਸ਼ੇਰ ਕਦੇ ਵੀ ਡੋਲਿਆ ਉੱਤੇ ਸ਼ੇਰ ਪਵਾਉਂਦੇ ਨਾ, ਸ਼ੇਰ ਕਦੇ ਵੀ ਡੋਲਿਆ ਉੱਤੇ ਸ਼ੇਰ ਪਵਾਉਂਦੇ ਨਾ। ਬਾਕੀ ਆਪਣਾ ਤੰਦੂਰੀ ਪੀਜ਼ਾ ਸਾਰੀ ਸਾਡੀ ਅਕੈਡਮੀ ਵੱਲੋਂ ਜਿੰਨੇ ਵੀ ਪਰਿਵਾਰ ਇੱਥੇ ਪਹੁੰਚੇ ਸਭ ਦਾ ਬਹੁਤ ਧੰਨਵਾਦ। ਫਤਿਹ ਬਲਾਈ ਜੀ ਕੱਟ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿਜਨੋ ਤੋਂ ਮੈਂ ਕੁਲਵੰਤ ਉਪੀ ਤਾਲੀਆਂ, ਆਪਣੇ ਸਾਥੀ ਨੀਟਾ ਮਾਸ਼ੀਗਤ ਕੈਮਰਾ ਅਮ੍ਰਿਤਾ ਉਪੀ ਨਾਲ। ਇਹੋ ਜਿਹੀ ਹੋਰ ਵਧੀਆ ਰਿਪੋਰਟਾਂ ਦੇਖਣ ਦੇ ਲਈ, ਹੋਰ ਐਂਟਰਟੇਨਮੈਂਟ ਦੇ ਲਈ, ਹੋਰ ਗੱਲਬਾਤ ਦੇ ਲਈ ਤੁਸੀਂ ਸਾਡਾ ਆਪਣਾ ਚੈਨਲ ਕੇ ਤਾਲੀਆਂ ਯੂਟਿਊਬ ਚੈਨਲ ਜਿਸਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਮੈਂਬਰ ਬਣੋ ਤਾਂ ਕਿ ਤੁਹਾਨੂੰ ਅੱਗੇ ਤੋਂ ਹੋਰ ਇਸ ਤੋਂ ਵਧੀਆ ਵੀਡੀਓ ਅਤੇ ਇਸ ਤੋਂ ਹੋਰ ਵਧੀਆ ਗੱਲਾਂ ਸੁਣਨ ਨੂੰ ਮਿਲਣ ਜੀ। ਪਰਮਾਤਮਾ ਸਰਬੱਤ ਦਾ ਭਲਾ ਕਰੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ।